स्वागत है। अज असीं पहुंचे हुए हां बठिंडे किसान मेले दे विच, जिहड़ा सवेर तों लैके किसानां दा भारी इकट्ठ सी, ते अज तुहानूं असीं वक्खरियां वक्खरियां चीज़ां दिखावांगे। आओ हुण चलदे आपां किसान खेतीबाड़ी दा मेला लग्गिया होया। मेरा नाम जगतार सिंह जी, पिंड असू, जिला सरसा, हरियाणा। इहदा नाम अनमोल आ। इहदी मां मेरे फार्म ते 25 लीटर दुध आ जी उहदा, ते इहदा जिहड़ा फादर आ उह M29 सार यूनिवर्सिटी तों। इहदा सेवन 250 रुपए दा दिंदे। इह झज्जर मेले तों चैंपियन बणिया होया गा, सरसे जिले तों फस्ट आया होया गा। इहदी जगरावां मेले 2.5 करोड़ रुपया कीमत लगी सी, असीं 9 करोड़ मंगदे हां। किसान भरावो, बठिंडा किसान मेले ते जिहड़े एग्जीबिट लगे हुए एग्जीबिशन आ नरमे दीआं, इह ला के दिखाईआं होईआं ने। ते PT3 नरमा काफ़ी चर्चा दे विच रिहा नरमा, इह जिहदा तुसीं बीज आपदा घरे रख सकदे हो। ते झाड़ भी इन्हां ने औसतन 10.2 रख्या दस्सिआ होइआ इस दे उत्ते। ते मैनूं लगदा भी अज दे टाइम 'च तां नरमे दे प्लॉट की बिजाई की तरीक इत्थे लिखी हुई है 6 मई 2022। तो इस वरायटी के करैक्टर बारे गलबात करते हैं। थोड़ी वरायटियां होर भी लगिया हुई ने। यह 3 नंबर आ, BT3 लेटेस्ट हैगा। लगियां गई जिहड़ियां 2 चीगियां, 2 चीज 2 करियां सी, जिहड़ियां 1 चीगियां। एक बार थोड़ा लग्या भी दिखाया सी 3 साल पहला, वो वरायटी कोई ज़्यादा कामयाब नहीं हुई क्योंकि उन्होंने मच्छर का अटैक ज़्यादा होता, टीं का नेड़े नेड़े लगता। बस 3 वरायटियां थोड़ा दिखा रहे हैं। इन वरायटियां काम होना शुरू हो गया, पर मैनूं लगता भी यह जिमीदारा का काफ़ी वड्डे पद्धर से फायदा कर सकते हैं क्योंकि इन्ने माड़े हालातों के भी इतने सोहनी लग रही है फसल, ग्रीनरी वधिया हैगी। चलो फुट भी हम थोड़ा दिखा देना, फुट जो हाइब्रिड नरमे आप चुग रहे हैं उन्होंने वर्गा तो नहीं है, पर हुण बरसात होके हटी है तो तुसीं फुट भी देख सकते हो भी ठीक है, लेबर लांभा नहीं देगी। पर झाड़ यदा बहुत ज़्यादा दस्या हो 10.2 क्विंटल, तो तुम तो ये 130% कढ़ सकते, 14 क्विंटल तक भी जा सकते हो। ਕੀ ਆ ਵੀ ਇਹਦੇ ਹਜੇ ਹੋਰ ਥੋੜ੍ਹਾ ਜਿਹਾ ਕੰਮ ਹੋ ਜਾਵੇ ਤਾਂ ਕਿਸਾਨਾਂ ਨੂੰ ਜਿਹੜਾ ਬੀਜ ਰੱਖਣ ਦੇ ਵਿੱਚ ਸਿਖਿਆਈ ਹੋ ਜਾਵੇ। ਪਰ ਟਿੰਡੇ ਇਹਦੇ ਨੋਰਮਲ ਨੇ ਟਿੰਡੇ, ਠੀਕ ਹੈ, ਹਰਾਪਣ ਹੈਗਾ, ਵਿਲਟ ਨਹੀਂ ਹੈਗਾ। ਚਲੋ ਭਾਵੇਂ ਇਹ ਥੋੜ੍ਹੀ ਜਗ੍ਹਾ ਦੇ ਵਿੱਚ ਟ੍ਰਾਇਲ ਕੀਤਾ ਹੋਇਆ, ਪਰ ਮੇਰਾ ਦਿਖਾਉਣ ਦਾ ਮਕਸਦ ਇੱਕੋ ਹੀ ਹੈਗਾ ਕਿ ਇਸ ਸ਼੍ਰੰਖਲਾ ਦੇ ਵਿੱਚ ਸੀਰੀ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ। ਆਹ ਦੇਖੋ ਥੋੜ੍ਹੇ ਜਿਹੇ ਵਾਇਰਸ ਵਾਲੇ ਪੱਤੇ ਵੀ ਹੈਗੇ ਆ, ਠੀਕ ਹੈ। ਪਰ ਘਬਰਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ, ਜਿੱਥੇ ਆਪਾਂ ਹਾਈਬ੍ਰਿਡ ਕੰਪਨੀਆਂ ਦੇ ਬੀਜ ਲੈ ਰਹੇ ਹਾਂ ਤਾਂ ਉੱਥੇ ਮੈਨੂੰ ਲੱਗਦਾ ਜਿਵੇਂ ਅਸੀਂ ਥੋੜ੍ਹਾ ਤੇਜ਼ੀ ਨਾਲ ਕੰਮ ਕਰੇ ਤਾਂ ਆਪਾਂ ਇਸ ਕੰਮ ਦੇ ਵਿੱਚ ਬੜੀਆ। ਬਠਿੰਡਾ ਮੇਲੇ ਵਿੱਚ ਪਹੁੰਚੇ ਹੋਏ ਹਾਂ, ਅਤੇ ਜਿੱਥੇ ਤੁਹਾਨੂੰ ਮੇਲੇ ਦੇ ਵੱਖ ਵੱਖ ਆਪਾਂ ਰੂਪ ਰੰਗ ਦਿਖਾਏ ਆ, ਉੱਥੇ ਇੱਕ ਰੰਗ ਇਹ ਵੀ ਵੇਖਣ ਨੂੰ ਮਿਲਿਆ। ਮੇਰੇ ਹੱਥ ਵਿੱਚ ਇੱਕ ਪੇਪਰ ਹੈ ਜਿਹਦੇ ਉੱਤੇ 854 ਬੁਲਟ ਮੋਟਰਸਾਈਕਲ ਅਤੇ ਹੋਰ ਕਈ ਇਨਾਮ ਜਿਹੜੇ ਦਿੱਤੇ ਜਾ ਰਹੇ ਆ, ਇਹ ਕੀ ਸਕੀਮ ਹੈ ਉਹ ਬਾਈਆਂ ਤੋਂ ਪੁੱਛਦੇ ਆ। ਹਾਂਜੀ ਬਾਈ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ, ਮਾਲਵਾ ਸੋਲਰ ਸਿਸਟਮ ਬਠਿੰਡਾ ਤੋਂ ਗੱਲ ਕਰਦੇ ਹਾਂ ਜੀ। ਜਿਹੜੀ ਇਹ ਸਕੀਮ ਹੈ ਜੀ, ਇਹ ਕਿਸਾਨ ਸੋਲਰ ਸਕੀਮ ਹੈ ਜੀ, ਇਹ ਕਿਸਾਨਾਂ ਦੇ ਨਾਲ ਹਰ ਇੱਕ ਕਿਸਾਨ ਭਰਾ ਦੇ ਨਾਲ ਸੰਬੰਧਿਤ ਹੈ ਜੀ। ਇਹਦੇ ਵਿੱਚ ਕੀ ਹੈ, ਜਿਹੜੇ 899 ਹੈ ਜੀ, ਇਹ ਕੋਈ ਲਾਟਰੀ ਸਿਸਟਮ ਨਹੀਂ, ਇੱਕ ਕਾਰਡ ਸਿਸਟਮ ਹੈ ਜੀ, ਕੂਪਨ ਸਿਸਟਮ। 899 ਦੇ ਵਿੱਚ ਇੱਕ ਸਾਡੇ ਕੋਲ ਕਨੈਕਸ਼ਨ ਬੁੱਕ ਹੋ ਜਾਂਦਾ ਜੀ, ਇੱਕ ਬੁਕਿੰਗ ਹੋ ਜਾਂਦੀ ਹੈ।
ਉਹਦੇ ਜਿੱਦਾਂ ਅਸੀਂ ਅੱਜ ਇੱਕ ਲਾਈਟ ਵੀ ਦੇ ਰਹੇ 899 ਦੇ ਵਿੱਚ ਜੀ। ਠੀਕ ਹੈ ਜੀ। ਇੱਕ ਗੇਟ ਲਾਈਟ ਹੈ ਜੀ, ਅਸੀਂ ਉਹ ਦੇ ਰਹੇ ਹਾਂ। ਠੀਕ ਹੈ ਜੀ। ਇਹ ਦੇਖ ਲਓ ਜੀ, ਇਹ ਗੇਟ ਲਾਈਟ ਹੈ ਜੀ, ਅਸੀਂ 899 ਦੇ ਅੱਜ ਉਹ ਵੀ ਦੇ ਰਹੇ ਹਾਂ। ਅਤੇ ਪਲੱਸ ਸਾਡੇ ਕੋਲ ਬੁਕਿੰਗ ਹੋ ਜਾਂਦੀ ਹੈ, ਜਿਹੜੇ ਅਸੀਂ 1 ਜਨਵਰੀ ਨੂੰ ਅਸੀਂ ਇਹ ਨਾਮ ਕੱਢਣੇ 855 ਜੀ। ਸੋਲਰ ਕਨੈਕਸ਼ਨ ਨੇ ਜੀ, ਬੁਲਟ ਹੈ ਜੀ, ਰੋਟਾਵੀਟਰ ਹੈ, ਤਵੀਆਂ ਨੇ, ਬਹੁਤ ਸਾਰੇ ਨਾਮ ਹੈ ਜੀ। ਇਹ ਵਾਕਈ ਨਿਕਲਣਗੇ ਨਾਮ? ਵਾਕਾ ਨਿਕਲਣਗੇ ਜੀ। ਹਰ ਇੱਕ ਕਸਟਮਰ ਨੂੰ ਅਸੀਂ ਇਹ ਦੱਸਿਆ ਜਾ ਰਿਹਾ ਕਿ ਤੁਹਾਨੂੰ 2 ਦਿਨ ਜਾਂ 3 ਦਿਨ ਪਹਿਲਾਂ ਕਾਲ ਆਊਗੀ, ਜਿੱਥੇ ਅਸੀਂ ਨਾਮ ਕੱਢਣੇ ਆ ਤੁਹਾਨੂੰ ਜਗ੍ਹਾ ਦੱਸੀ ਜਾਊਗੀ, ਉੱਥੇ ਇਹ ਪਰਚੀ ਸਿਸਟਮ ਹੋਊਗਾ। ਇਹ ਨਹੀਂ ਹੋਊਗਾ ਜੀ ਕਿ ਸਕਰੀਨ 'ਤੇ ਅਸੀਂ ਨਾਮ ਕੱਢ ਦਾਂਗੇ। ਠੀਕ ਹੈ ਜੀ। ਸਾਰਿਆਂ ਦੇ ਸਾਹਮਣੇ ਕੋਈ ਵੀ ਬੱਚਾ ਆ ਕੇ ਵੀ ਚੱਕ ਸਕਦਾ ਜੀ। ਸੈਕਿੰਡ ਨੰਬਰ ਕੀ ਆ, ਇਹ ਲਾਟਰੀ ਸਿਸਟਮ ਕਿਵੇਂ ਨਹੀਂ ਗਾ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਇਹ 899 'ਚ ਪਹਿਲਾਂ ਤਾਂ ਇਹ ਨਾਮ ਹੈ ਜੀ, ਉਹ ਹਰ ਇੱਕ ਦੀ ਆਪਣੀ ਆਪਣੀ ਕਿਸਮਤ ਆ ਜੀ। ਸੈਕਿੰਡ ਨੰਬਰ ਕੀ ਹੈ ਇਹਦੇ ਵਿੱਚ ਜੀ, ਅਸੀਂ ਹਰ ਇੱਕ ਨੂੰ ਕੋਈ ਨਾ ਕੋਈ ਉੱਥੇ ਗਿਫਟ ਜ਼ਰੂਰ ਦੇਵਾਂਗੇ, ਕਿਸੇ ਦਾ ਕਾਰਡ ਕੋਈ ਖਾਲੀ ਨਹੀਂ ਜਾਊਗਾ ਜੀ। ਸਭ ਤੋਂ ਜਿਹੜੀ ਵੱਡੀ ਇਹ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਆਪਾਂ ਕਹਿ ਲਈਏ ਨਿਰਾਸ਼ਤਾ ਨਹੀਂ ਆਉਣੀ, ਜਿਹੜਾ ਕੋਈ 899 ਰੁਪਏ ਲਾਊਗਾ ਕੁਛ ਨਾ ਕੁਛ ਜ਼ਰੂਰ ਮਿਲੂਗਾ, ਜ਼ਰੂਰ ਲੈ ਕੇ ਜਾਊਗਾ। ਉਸ ਤੋਂ ਵੀ ਵੱਡੀ ਗੱਲ ਹੈ ਜੀ, ਇਹ ਪੰਜਾਬ ਦੇ ਵਿੱਚ ਪਹਿਲੀ ਸਕੀਮ ਹੈ ਜੀ ਜਿਹੜੀ ਮਾਲਵਾ ਸੋਲਰ ਲੈ ਕੇ ਆਇਆ, ਲਾਈਫ ਟਾਈਮ। ਕੀ ਹੈ, 899 'ਚ ਇੱਕ ਕਾਰਡ ਲਓ, ਸਾਡੇ ਕੋਲ ਬੁਕਿੰਗ ਹੋਊਗੀ ਲਾਈਫ ਟਾਈਮ ਲਈ। ਇਹ ਕਾਰਡ ਕੋਈ ਵੀ ਲੈ ਸਕਦਾ, ਜਦੋਂ ਵੀ ਉਹ ਸਾਲ 2 ਸਾਲ ਨੂੰ 3 ਸਾਲ ਨੂੰ ਕੋਈ ਸੋਲਰ ਦਾ ਪ੍ਰੋਡਕਟ ਸਾਥੋਂ ਲਊਗਾ। ਮੰਨ ਲਓ ਜੀ ਕੋਈ ਵੀ ਔਨ ਗ੍ਰੇਡ ਆਫ ਗ੍ਰੇਡ ਘਰ ਵਾਸਤੇ ਕੋਈ ਸਟਰੀਟ ਲਾਈਟ ਲਊਗਾ, ਤਾਂ ਉਹਦੇ ਵਿੱਚ ਅਸੀਂ 3% ਡਿਸਕਾਊਂਟ ਦੇਵਾਂਗੇ ਜੋ ਸਾਡਾ ਇਹ ਕਾਰਡ ਲਊਗਾ, ਜੋ ਅੱਜ ਕਾਰਡ ਲੈ ਜੂਗਾ, ਕਾਰਡ ਲੈ ਜੂਗਾ ਜੀ, ਅੱਜ ਲੈ ਜੂਗਾ, ਜਿਵੇਂ ਆਨਲਾਈਨ ਕੋਈ ਪੇਮੈਂਟਾਂ ਕਰ ਰਹੇ ਨੇ ਜੀ। ਠੀਕ ਆ, ਸਾਡੇ ਦਫ਼ਤਰ ਵਿਜ਼ਿਟ ਕਰ ਰਹੇ ਨੇ ਜੀ ਉੱਥੇ। ਆਨਲਾਈਨ ਵੀ ਹੈ ਸਿਸਟਮ ਆਪਣਾ? ਹਾਂ, ਆਨਲਾਈਨ ਵੀ ਬੰਦਾ ਜੀ ਕਾਰਡ ਕਰ ਰਹੇ ਨੇ, ਅਸੀਂ ਉਹਨਾਂ ਨੂੰ ਕਾਰਡ ਵਟਸਐਪ ਕਰ ਦਿੰਦੇ ਹਾਂ, ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਜੀ। ਤਾਂ ਉਹਨਾਂ ਨੂੰ 3% ਲਾਈਫ ਟਾਈਮ ਡਿਸਕਾਊਂਟ ਰਹੂਗਾ। ਜਿੱਦਾਂ ਮੰਨ ਲਓ ਜੀ ਕੋਈ ਵੀ ਕਸਟਮਰ ਅੱਜ ਕਾਰਡ ਅਪਲਾਈ ਕਰਦਾ, ਅੱਜ ਤੋਂ 2-3 ਸਾਲਾਂ ਨੂੰ ਸਾਡੇ ਕੋਲੋਂ ਮੰਨ ਲਓ ਕੋਈ ਪ੍ਰੋਡਕਟ ਲੈ ਕੇ ਆਉਂਦਾ ਜਿਹੜਾ 1 ਲੱਖ ਰੁਪਏ ਦਾ ਜੀ, ਜਿਸ ਕੋਲ ਕਾਰਡ ਆ ਉਹਨੂੰ 3% ਡਿਸਕਾਊਂਟ ਹੋ ਗਏ 97,000 ਦਾ ਜੀ। ਠੀਕ ਹੈ ਜੀ। ਇਹ ਮਤਲਬ ਪੰਜਾਬ ਦੇ ਵਿੱਚ ਮੈਂ ਗੱਲ ਕਰਾਂ ਤਾਂ ਪਹਿਲੀ ਸਕੀਮ ਹੈ ਜਿਹੜੀ ਲਾਈਫ ਟਾਈਮ ਲਈ ਹੈ ਜੀ। ਹਾਂਜੀ। ਨਹੀਂ ਤਾਂ ਇਨਾਮ ਬਹੁਤ ਦਿੱਤੇ ਜਾਂਦੇ ਆ ਅਤੇ ਕਹਿ ਦਿੱਤਾ ਜਾਂਦਾ ਜਾਂ ਲਾਟਰੀ ਸਿਸਟਮ ਹੈ, ਅਤੇ ਸਾਡੇ ਟੌਪ ਟੀਵੀ ਵੱਲੋਂ ਤੁਹਾਡਾ ਧੰਨਵਾਦ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਬਾਈ ਜੀ।